वेलकम टू माई चैनल। अज असी गल करांगे सोनी और महिवाल बारे। इन्हां बारे पूरी हिस्टरी का बहुत घट पता है, किसी नूं पता है किसी नूं नहीं पता है। अज असी पूरी गल करांगे दोस्तों, सुनियो। चना दे पानिया ने जिन्हां मुहब्बती रूहां नूं जन्म दिता है, उन्हां विचों सोनी एक अजिहा अमर नां है जिसने पंजाबियों के मना ते अमिट छाप छड़ी है। सदियां बीतन बाद भी लोग उस दियां बातां बड़े चावां नाल पाउंदे हन। बात सदियां पुरानी है, वलक बुखारे दे सौदागर अली बेग दा नौजवान पुत्र इज्जत बेग अजोके पाकिस्तान दे शहर गुजरात विच भांड्यां दा वपार करन लई आया। एक दिन ओह अपने नौकर नाल गुजरात दियां हट्टियां वेखदा वेखदा तुले दी भांड्यां दी दुकान ते पुज गया। दुकान ते भांडे खरीदण वालियां दी बड़ी भीड़ सी। दुकान विच कूजे बादियां सुराइए घड़े मटके आदि इस सलीके नाल टिकाए हुए सन जिमें किसी चित्रकार ने अपने चित्रां दी प्रदर्शनी लाई होवे। इज्जत बेग बाहर खड़ा सजीली दुकान वल प्रशंसा भरियां तकड़ियां नाल तकदा रहा। गाहकां दी कुछ भीड़ घटी, तुले दी निगाह नौजवान सौदागर ते जा पई। हुक्म करो, सब कुछ हाजिर है, जल पानी दी आग्या दिओ। तुले ने नौजवान सौदागर अगे दोनों हाथ जोड़े अते काही दा बनिया रंगला मूहड़ा अगे वधा दिता। जल पानी लई मेहरबानी, सानू कुछ भांड्यां दी लोड़ है। असी अपने देश नूं तुहाडे देश दी सौगात लिजाउणा चाहुंदे हां, कुछ नमूने विखाओ। मूहड़े ते बैठदिआं इज्जत बेग ने उत्तर दिता। तुला घुम्यार दुकान अंदरों भांडे लैण लई चलिया गया। इज्जत बेग सोच रहा सी कि ओह खूबसूरत भांड्यां दे रचनहारे दी सिफत करे तां किवें करे। तुला अंदरों कई नमूने लै आया। नमूने की सन? किसे करामाती हत्थां दा कमाल सन। तकियां भुख लैंदी सी, इह बहुत सुंदर हन, अति सुंदर। कोई कदरदान दिल ही इन्हां दा मुल तार सकदा है। तुसीं एडे मनमोहणे भांडे किवें बना लैंदे हो? इज्जत बेग दी प्रशंसा भरियां तकड़ियां जानकारी लोड़दियां सन। प्रशंसा दे शब्द सुन के तुले दियां अखां चमक उठियां। ओह इज्जत बेग नूं अपने अंदर बार लै गया जिथे भांडे बन रहे सन। चक बड़ी तेजी नाल घूम रहा सी ते तुले दी धी मुटियार धी अपने कोमल उंगलां नाल गुन्नी हुई मिट्टी नूं जादू भरियां छूहां दे रही सी। ਇਹ ਹੈ ਮੇਰੀ ਧੀ ਸੋਹਣੀ, ਇਹ ਸਾਰੇ ਭਾਂਡੇ ਇਸ ਦੇ ਬਣਾਏ ਹੋਏ ਹਨ। ਤੁੱਲੇ ਨੇ ਆਪਣੀ ਧੀ ਵੱਲ ਇਸ਼ਾਰਾ ਕੀਤਾ। ਘੁੰਮਦਾ ਚੱਕ ਹੌਲੀ ਹੋ ਗਿਆ। ਮੁਟਿਆਰ ਚੱਕ ਉੱਤੇ ਜਨਮ ਲੈ ਰਹੇ ਸ਼ਾਹਕਾਰ ਵਿੱਚ ਮਗਨ ਸੀ। ਉਸ ਜਰਾ ਕੁ ਪਿੱਛੇ ਮੁੜ ਕੇ ਤੱਕਿਆ, ਕਾਲੀਆਂ ਘਟਾਵਾਂ ਪਿੱਛੋਂ ਚੰਦ ਦੀ ਪਿਆਰੀ ਟੁਕੜੀ ਟਹਿਕ ਪਈ। ਇੱਜ਼ਤ ਬੇਗ ਨੇ ਧੁੱਪ ਵਿੱਚ ਸੁਕਾਏ ਜਾ ਰਹੇ ਭਾਂਡੇ ਤੱਕੇ ਅਤੇ ਆਵੇ ਵਿੱਚ ਪਕਾਏ ਜਾ ਰਹੇ ਭਾਂਡਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਜਿੰਨੀ ਦੇਰ ਉਹ ਇਸ ਬਾਰੇ ਬਾੜੇ ਵਿੱਚ ਰਿਹਾ, ਸੋਹਣੀ ਦੀ ਪਿਆਰੀ ਸੂਰਤ ਉਹਨੂੰ ਨਜ਼ਰੀ ਆਉਂਦੀ ਰਹੀ ਸੀ। ਉਸ ਨੂੰ ਭਾਂਡਿਆਂ ਦੀ ਖੂਬਸੂਰਤੀ ਦਾ ਭੇਤ ਸਮਝ ਪੈ ਗਿਆ। ਸੋਹਣੀ ਦਾ ਆਪਣਾ ਰੂਪ ਹੀ ਤਾਂ ਇਹਨਾਂ ਭਾਂਡਿਆਂ ਵਿੱਚ ਸਮਾਇਆ ਹੋਇਆ ਹੈ, ਜਿਸ ਕਰਕੇ ਉਹ ਇੰਨੇ ਖੂਬਸੂਰਤ ਲੱਗਦੇ ਨੇ। ਇੱਜ਼ਤ ਬੇਗ ਨੇ ਬਹੁਤ ਸਾਰੇ ਭਾਂਡੇ ਖਰੀਦ ਲਏ। ਜੋ ਮੁੱਲ ਤੁੱਲੇ ਨੇ ਮੰਗਿਆ ਉਹਨੇ ਤਾਰ ਦਿੱਤਾ। ਤੁੱਲੇ ਦੀ ਦੁਕਾਨ ਵਿੱਚੋਂ ਨਿਕਲਦਿਆਂ ਇੱਜ਼ਤ ਬੇਗ ਨੇ ਇਸ ਤਰ੍ਹਾਂ ਮਹਿਸੂਸ ਕੀਤਾ ਜਿਵੇਂ ਉਹ ਕਿਸੇ ਮੰਦਰ ਦੀ ਜ਼ਿਆਰਤ ਕਰਕੇ ਆ ਰਿਹਾ ਹੋਵੇ। ਹੁਣ ਤੁੱਲੇ ਦੀ ਹੁਸਨਾਨ ਧੀ ਸੋਹਣੀ ਇੱਜ਼ਤ ਬੇਗ ਦੇ ਖਿਆਲਾਂ 'ਤੇ ਛਾ ਚੁੱਕੀ ਸੀ। ਇੱਜ਼ਤ ਬੇਗ ਨੇ ਖੂਬਸੂਰਤ ਭਾਂਡੇ ਆਪਣੇ ਤੰਬੂ ਵਿੱਚ ਸਜਾ ਦਿੱਤੇ। ਜਿਸ ਭਾਂਡੇ ਵੱਲ ਉਹ ਤੱਕਦਾ, ਚੰਨ ਨਾਲੋਂ ਪਿਆਰੀ ਸੂਰਤ ਉਹਨੂੰ ਨਜ਼ਰ ਆਈ। ਹਰ ਪਾਸੇ ਸੋਹਣੀ, ਜਿੱਧਰ ਵੀ ਤੱਕਦਾ ਮੁਸਕਰਾਉਂਦੀ ਸੋਹਣੀ ਵਿਖਾਈ ਦਿੰਦੀ। ਸਾਰੀ ਰਾਤ ਉਹ ਸੋਹਣੀ ਦੇ ਖਿਆਲਾਂ ਵਿੱਚ ਖੋਇਆ ਰਿਹਾ। ਇੱਕ ਪਲ ਲਈ ਵੀ ਉਹਨੂੰ ਨੀਂਦ ਨਾ ਆਈ। ਪੈਸੇ ਦਾ ਬਣਜ ਕਰਨ ਆਇਆ ਸੌਦਾਗਰ ਇਸ਼ਕ ਦਾ ਬਣਜ ਕਰਨ ਲਈ ਉਤਾਵਲਾ ਹੋ ਉੱਠਿਆ। ਉਹਨੇ ਆਪਣੇ ਨੌਕਰ ਆਪਣੇ ਦੇਸ਼ ਪਰਤਾ ਦਿੱਤੇ ਅਤੇ ਆਪ ਗੁਜਰਾਤ ਵਿੱਚ ਹੀ ਭਾਂਡਿਆਂ ਦੀ ਹੱਟੀ ਪਾ ਲਈ। ਉਹ ਭਾਂਡੇ ਖਰੀਦਣ 'ਤੇ ਪੰਜ ਹਰ ਰੋਜ਼ ਸੋਹਣੀ ਦਾ ਪਿਆਰਾ ਮੁਖੜਾ ਤੱਕਣ ਆਉਂਦਾ।
ਭਾਂਡਿਆਂ ਦਾ ਵਪਾਰੀ ਉਹ ਕਿੱਧਰੋਂ ਸੀ? ਉਹ ਤਾਂ ਨੈਣਾਂ ਦਾ ਬਣਜਾਰਾ ਸੀ, ਹੁਸਨ ਦੀ ਹੱਟੀ ਦਾ ਸੌਦਾ ਖਰੀਦਣ ਵਾਲਾ। ਦੁਕਾਨ ਵਿੱਚ ਘਾਟੇ 'ਤੇ ਘਾਟਾ ਪੈ ਗਿਆ। ਇੱਕ ਬਰੇ ਵਿੱਚ ਹੀ ਉਹਨੇ ਆਪਣੀ ਸਾਰੀ ਪੂੰਜੀ ਮੁਕਾ ਦਿੱਤੀ। ਤੁੱਲੇ ਦਾ ਸੈਂਕੜੇ ਰੁਪਏ ਦਾ ਕਰਜ਼ਾ ਉਹਦੇ ਸਿਰ ਹੋ ਗਿਆ। ਹਾਲਾਤ ਇੱਥੋਂ ਤੱਕ ਪੁੱਜ ਗਈ ਕਿ ਉਹ ਰੋਟੀ ਤੋਂ ਵੀ ਆਤੁਰ ਹੋ ਗਿਆ। ਅਜੇ ਤੀਕਰ ਇੱਜ਼ਤ ਬੇਗ ਨੇ ਸੋਹਣੀ ਨਾਲ ਦੋ ਪਿਆਰ ਭਰੀਆਂ ਗੱਲੜੀਆਂ ਨਹੀਂ ਸਨ ਕੀਤੀਆਂ। ਸੋਹਣੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਮੁਸਕਰਾਇਆ ਤੱਕ ਨਹੀਂ ਸੀ। ਹਾਰ ਕੇ ਇੱਜ਼ਤ ਬੇਗ ਨੇ ਤੁੱਲੇ ਦੇ ਪੈਰ ਜਾ ਫੜੇ। ਮਾਪਿਆਂ ਮੈਨੂੰ ਬਚਾ ਲੈ, ਮੇਰੇ ਪਾਸ ਫੁੱਟੀ ਕੌੜੀ ਵੀ ਨਹੀਂ ਹੈ ਜਿਹਦੇ ਨਾਲ ਤੇਰਾ ਕਰਜ਼ਾ ਮੋੜ ਸਕਾਂ। ਇਸ ਪ੍ਰਦੇਸ਼ ਵਿੱਚ ਮੇਰਾ ਕੋਈ ਨਹੀਂ ਹੈ। ਹੇ ਨੇਕ ਦਿਲ ਬੰਦੇ, ਮੇਰੇ 'ਤੇ ਤਰਸ ਕਰ, ਮੈਨੂੰ ਆਪਣੇ ਕੋਲ ਨੌਕਰ ਰੱਖ ਲੈ। ਮੈਂ ਸਿਰਫ ਦੋ ਟੁਕੜੇ ਰੋਟੀ ਦੇ ਖਾ ਕੇ ਗੁਜ਼ਾਰਾ ਕਰ ਲਵਾਂਗਾ, ਮੇਰੀ ਨੌਕਰੀ ਵਿੱਚੋਂ ਆਪਣਾ ਕਰਜ਼ਾ ਕੱਟ ਲੈਣਾ। ਇੱਜ਼ਤ ਬੇਗ ਨੇ ਲੇਲੜੀਆਂ ਕੱਢਦੇ ਆਖਿਆ। ਉਹਦੇ ਨੈਣ ਭਰ ਆਏ। ਤੁੱਲਾ ਸੋਚੀ ਪੈ ਗਿਆ। ਕੁਝ ਚਿਰ ਸੋਚ ਕੇ ਤੁੱਲੇ ਨੇ ਹੁੰਗਾਰਾ ਭਰਿਆ, ਬੇਟਾ ਘਾਬਰਨ ਦੀ ਲੋੜ ਨਹੀਂ, ਬਣ ਜਾ, ਵਿੱਚ ਘਾਟੇ ਵਾਧੇ ਬਣੇ ਹੀ ਹੋਏ ਨੇ। ਇਹ ਮੈਂ ਜਾਣ ਕੇ ਤੂੰ ਪਰਦੇਸੀ ਹੈ, ਤੇਰਾ ਇੱਥੇ ਕੋਈ ਮਦਦਗਾਰ ਨਹੀਂ। ਤੂੰ ਮੇਰੇ ਕੋਲ ਨੌਕਰ ਰਹਿਣਾ ਦਾ ਸਵਾਲ ਪਾਇਆ ਏ, ਮੈਂ ਸਵਾਲੀ ਕਦੇ ਦਰੋਂ ਨਹੀਂ ਮੋੜਿਆ। ਮੈਂ ਤੈਨੂੰ ਆਪਣੇ ਕੋਲ ਨੌਕਰ ਰੱਖਣ ਲਈ ਤਿਆਰ ਹਾਂ, ਪਰ ਇੱਕ ਸ਼ਰਤ ਹੈ। ਹਾਂ ਦੱਸ ਬਾਬਾ, ਇੱਜ਼ਤ ਬੇਗ ਕਾਲੀ ਨਾਲ ਬੋਲਿਆ। ਉਸਨੂੰ ਆਸ ਦਾ ਟਹਿਟਾਣਾ ਜਗਮਗਾਉਂਦੇ ਵਿਖਾਈ ਦੇ ਰਿਹਾ ਸੀ। ਤੈਨੂੰ ਮੱਝਾਂ ਚਾਰਨ 'ਤੇ ਨੌਕਰ ਰਹਿਣਾ ਪਵੇਗਾ, ਸੋਚ ਲੈ, ਤੁੱਲੇ ਨੇ ਗੰਭੀਰਤਾਪੂਰਕ ਆਖਿਆ। ਮੈਨੂੰ ਮਨਜ਼ੂਰ ਏ, ਮੈਂ ਖੇੜੇ ਮੱਥੇ ਇਹ ਨੌਕਰੀ ਕਰਾਂਗਾ। ਇੱਜ਼ਤ ਬੇਗ ਲਈ ਜਿਵੇਂ ਸਵਰਗ ਦੀ ਖਿੜਕੀ ਖੁੱਲ੍ਹ ਗਈ ਹੋਵੇ। ਆਪਣੇ ਪਿਆਰੇ ਨਾਲ ਨੇੜਤਾ ਪ੍ਰਾਪਤ ਕਰਨ ਦੀ ਸੱਦਰ ਉਹਨੂੰ ਹੁਣ ਪੂਰੀ ਹੁੰਦੀ ਜਾਪਦੀ ਸੀ। ਇੱਜ਼ਤ ਬੇਗ ਮੂੰਹੋਂ ਝੱਕ ਰਹੇ ਹੀ ਮੱਝਾਂ ਖੋਲ੍ਹਦਾ ਆਪਣੇ ਸਾਥੀਆਂ ਸਮੇਤ ਚਨਾਹ ਦੇ ਬੇਲੇ ਵਿੱਚ ਪੁੱਜ ਜਾਂਦਾ। ਇੱਜ਼ਤ ਬੇਗ ਤੋਂ ਉਹ ਹੁਣ ਮਹੀਵਾਲ ਬਣ ਚੁੱਕਾ ਸੀ, ਉਹਨੂੰ ਇਸੇ ਨਾਂ ਨਾਲ ਸੱਦਦੇ ਸਨ। ਕੋਈ ਡੇਢ ਬਰਾ ਇਸੇ ਤਰ੍ਹਾਂ ਲੰਘ ਗਿਆ। ਸੋਹਣੀ ਦੀ ਰਾਂਗਲੀ ਨੁਹਾਰ ਉਹਨੂੰ ਜ਼ਿੰਦਗੀ ਜੀਣ ਦਾ ਲਾਰਾ ਦੇਈ ਜਾ ਰਹੀ ਸੀ। ਉਹ ਕਲਪਨਾ ਵਿੱਚ ਹੀ ਵਾਰ ਵਾਰ ਸੋਹਣੀ ਨਾਲ ਹੱਸਦਾ ਰੁੱਸਦਾ ਗੱਲਾਂ ਕਰਦਾ ਸੀ, ਪਰੰਤੂ ਸੋਹਣੀ ਉਹਦੇ ਪਾਸੋਂ ਬਹੁਤ ਦੂਰ ਸੀ, ਅਸਮਾਨੀ ਤਾਰਿਆਂ ਨਾਲੋਂ ਵੀ ਦੂਰ। ਸੋਹਣੀ ਤਾਂ ਉਹਦੇ ਲਈ ਲਾਜਵੰਤੀ ਦਾ ਬੂਟਾ ਸੀ, ਜਿਹੜਾ ਹੱਥ ਲਾਇਆ ਘੁੰਮਲਾ ਜਾਂਦਾ ਹੈ। ਇੱਕ ਦਿਨ ਸੋਹਣੀ ਮਹੀਵਾਲ ਲਈ ਪੱਤਾ ਲੈ ਕੇ ਆ ਗਈ। ਉਹਦਾ ਚੋਚੋ ਪੈਂਦਾ ਰੂਪ ਮਹੀਵਾਲ ਨੂੰ ਤੜਪਾ ਗਿਆ। ਉਸ ਆਪਣੀ ਦਿਲ ਸੋਹਣੀ ਅੱਗੇ ਫੁੱਲ ਸੁੱਟਿਆ ਆਪਣਾ ਦਿਲ ਸੋਹਣੀ ਅੱਗੇ ਫੁੱਲ ਸੁੱਟਿਆ ਸੋਹਣੀਏ, ਮੈਂ ਤੇਰੇ ਪਿੱਛੇ ਆਪਣੇ ਮਾਂ ਬਾਪ ਆਪਣਾ ਪਿਆਰਾ ਦੇਸ਼ ਛੱਡ ਦਿੱਤੇ ਹੈ, ਪਰ ਤੂੰ ਇਹ ਜਿਹਨੇ ਮੇਰੇ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕੀਤੀ। ਹਜ਼ਾਰਾਂ ਲੱਖਾਂ ਦੀ ਦੌਲਤ ਨੂੰ ਲੱਤ ਮਾਰ ਕੇ ਮੈਂ ਤੇਰੀਆਂ ਮੱਝਾਂ ਚਾਰ ਰਿਹਾ, ਕੁਝ ਰਹਿਮ ਕਰ ਸੋਹਣੀਏ, ਕੁਝ ਤਰਸ ਕਰ ਹੁਸਨ ਪਰੀਏ। ਸੋਹਣੀਏ ਦੇ ਹੁਸਨਨਾਕ ਚਿਹਰੇ 'ਤੇ ਲਾਲੀ ਦੀ ਲਹਿਰ ਦੌੜ ਗਈ। ਉਹਨੇ ਮਹੀਵਾਲ ਨੂੰ ਆਪਣੀ ਮੁਹੱਬਤ ਇਸ਼ਕ ਦੀ ਦਹਿਲੀਜ਼ ਚੜ੍ਹਾ ਦਿੱਤੀ। ਸੋਹਣੀਏ, ਦੁਨੀਆ ਦੀ ਸਾਰੀ ਦੌਲਤ ਅੱਜ ਮੈਂ ਤੇਰੀ ਝੋਲੀ ਵਿੱਚ ਪਾਤੀ ਏ, ਮੇਰੇ ਨਾਲੋਂ ਅਮੀਰ ਹੁਣ ਦੁਨੀਆ ਵਿੱਚ ਦੂਜਾ ਕੋਈ ਨਹੀਂ। ਮਹੀਵਾਲਾ, ਮੈਂ ਆਪਣੀ ਪਾਕ ਮੁਹੱਬਤ ਤੇਰੇ ਹਵਾਲੇ ਕਰ ਦਿੱਤੀ ਹੈ, ਮੈਂ ਵਫਾ ਨਿਭਾਵਾਂਗੀ, ਇਸ਼ਕ ਨੂੰ ਦਾਗ ਨਹੀਂ ਲੱਗਣ ਦਿਆਂਗੀ। ਸੋਹਣੀ ਮਹੀਵਾਲ ਹਰ ਰੋਜ਼ ਵਿਹਲੇ ਵਿੱਚ ਜਾ ਕੇ ਮਿੱਠੀਆਂ ਕਰਦੇ ਗੱਲਾਂ ਕਰਦੇ। ਰੋਜ਼ ਮਹੀਵਾਲ ਪਾਸ ਜਾਣਾ ਕਈ ਖਚਰੀਆਂ ਨਜ਼ਰਾਂ ਨੂੰ ਖੁੜਕ ਗਿਆ। ਮਹੀਵਾਲ ਔਰ ਸੋਹਣੀ ਦਾ ਰੋਜ਼ ਮਿਲਣਾ ਕਈ ਖਚਰੀਆਂ ਨਜ਼ਰਾਂ ਨੂੰ ਖੁੜਕ ਗਿਆ। ਉਹਨਾਂ ਦੇ ਇਸ਼ਕ ਦੀ ਚਰਚਾ ਸ਼ੁਰੂ ਹੋ ਗਈ। ਤੂੰ ਹੱਸਦੀ ਹੈ ਦਿਲ ਰਾਜੀ ਮੇਰਾ, ਲੱਗਦੇ ਨੇ ਬੋਲ ਪਿਆਰੇ, ਚੱਲ ਕਿਧਰੇ ਦੋ ਗੱਲਾਂ ਕਰੀਏ, ਬਹਿ ਕੇ ਨਦੀ ਦੇ ਕਿਨਾਰੇ, ਲੁੱਕ ਲੁੱਕ ਲਾਈਆਂ ਪ੍ਰਗਟ ਹੋਈਆਂ, ਵੱਜ ਗਏ ਢੋਲ ਨਿਗਾਰੇ, ਸੋਹਣੀਏ ਆ ਜਾ ਨਹੀਂ ਆ ਜਾ, ਡੁੱਬਦਿਆਂ ਨੂੰ ਰੱਬ ਤਾਰੇ। ਤੁੱਲੇ ਨੂੰ ਵੀ ਸੋਹਣੀ ਮਹੀਵਾਲ ਦੇ ਪ੍ਰੇਮ ਬਾਰੇ ਸੂਹ ਮਿਲ ਗਈ। ਦੋ ਜਵਾਨੀਆਂ ਦੀ ਪਾਕ ਮੁਹੱਬਤ ਨੂੰ ਉਹਨਾਂ ਪਰਵਾਹ ਨਾ ਕੀਤਾ। ਮਹੀਵਾਲ ਨੂੰ ਚਾਕਿਓਂ ਜਵਾਬ ਮਿਲ ਗਿਆ ਅਤੇ ਸੋਹਣੀ ਨੂੰ ਉਹਨਾਂ ਗੁਜਰਾਤ ਦੇ ਇੱਕ ਹੋਰ ਘੁਮਿਆਰਾਂ ਦੇ ਮੁੰਡੇ ਨਾਲ ਵਿਆਹ ਕਰ ਦਿੱਤਾ। ਸੋਹਣੀ ਮਹੀਵਾਲ ਲਈ ਤੜਫਦੀ ਰਹੀ। ਮਹੀਵਾਲ ਸੋਹਣੀ ਦੇ ਬਰਾਗ ਵਿੱਚ ਹੰਝੂ ਕੇਰਦਾ ਰਿਹਾ। ਝੂਠੀ ਲੋਕ ਲਾਜ ਨੇ ਦੋ ਪਿਆਰਾਂ ਵਿਛੋੜੇ ਪਾ ਦਿੱਤੇ, ਦੋ ਰੂਹਾਂ ਕਾਇਲ ਕਰ ਛੱਡੀਆਂ। ਇੱਜ਼ਤ ਬੇਗੋ ਮਹੀਵਾਲ ਬਣਿਆ, ਮਹੀਵਾਲ ਮਹੀਵਾਲੋਂ ਫਕੀਰ ਬਣ ਗਿਆ ਅਤੇ ਗੁਜਰਾਤ ਤੋਂ ਵਜ਼ੀਰਾਬਾਦ ਦੇ ਪਾਸੇ ਇੱਕ ਮੀਲ ਦੀ ਦੂਰੀ 'ਤੇ ਚਨਿਆ ਦਰਿਆ ਦੇ ਪਰਲੇ ਕੰਢੇ ਝੁੰਗੀ ਪਾ ਲਈ। ਸੋਹਣੀ ਹੁਣ ਆਪਣੇ ਸਹੁਰੇ ਘਰ ਰਹਿ ਰਹੀ ਸੀ। ਇੱਕ ਦਿਨ ਫਕੀਰ ਬਣਿਆ ਮਹੀਵਾਲ ਸੋਹਣੀ ਨੂੰ ਜਾ ਮਿਲਿਆ।
उन्हें हर रोज़ अद्धी रात मगरों चना दे कंडे मिलना नियत कर लिया। अद्धी रात गुजरती सोनी अपने घरदियों तो चोरी उठती तो एक मील वेले तो तरा तरा करके सुन सन राहां विचों लंघती हुई अपने महीवाल नूं जा मिलती। महीवाल पारों काली बोली रात विच चना पार करके आउंदा सतारियां जड़े चंदोए की छां थले दो घायल रूहां मिलदियां प्यारियां रस भरियां ते ना मुक्कण वालियां गल्लां करदियां। एक रात चना पार करदे महीवाल दे किसी जानवर ने चक मारिया ते उहदा पट चीर सुट्टिया। हुण उहदे लई तैरना मुश्किल हो गया सी। अगली रात सोनी अपने नाल मिट्टी दा पक्का घड़ा लै आई। घड़े की मदद नाल हुण उह रोज़ चना पार करदी। इसी तरह वह रोज़ मिलदे नदी दे पार। सोनी दे हर रोज़ अद्धी रात बाहर जाने उहदी ननाण नूं शक हो गया। एक दिन वह भी सोनी दे मगर तुर पई। सोनी ने अपने मगर आउंदी कदमां दी आवाज़ भी सुनाई दित्ती, परंतु उन्हें अपने ही कदमां दी आवाज़ दा भुलेखा जाण के गल छड्ड दित्ती। सोनी दरिया ते पुजी, सरकड़े ते बूझे विच घड़ा चुकिया ते दरिया विच ठिल पई। उहदी ननाण दूर खड़ी सब कुछ तकदी रही। सोनी कुछ समय मगरों वापस परती ते घड़ा उसे थां ते लुको दिता। उहदी ननाण छोपले छोपले कदमी सोनी तो पहलां घर पुज गई। दिने ननाण ने अपनी माँ नूं सोनी दे दरिया पारन करन वाले महीवाल नूं सारी बारत महीवाल नूं मिलन जाण दी सारी वार्ता जा सुनाई। अद्धी रात लंघी सोनी उठी, बाहर घुप हनेरा पसरिया होया सी, सारे असमान दे बदल छाए हुए सी। सोनी ने दरों बाहर पैर रख्या ही सी कि बिजली कड़क उठी। उहदा दिल कंब गया। उहनूं महीवाल उडीकदा होना दूर परले कंडे उहदा इंतजार कर रहा सी। उह अपना दिल तकड़ा करके तुर पई। राहें नजरी नहीं सी पैंदा। राह विच अनेकां कंडे झाड़ियां चखण आ रखे सी ते उसने सरकड़ियां विचों घड़ा चुकिया। घड़ा चुक के टणका के देखिया, टणकार नहीं सी आ रही। किसी पापी ने पक्के दी थां कच्चा रख दिता सी। मुहब्बत नवें इम्तिहान विच पा दित्ती सी। परले कंडे महीवाल दी चुंगी विच दीवा टिमटिमाउंदा रहा सी। महीवाल सुरीली बंसरी दियां तालां ते प्यारे बोल गाउंदा पिया सी। उरले कंडे सोहणी कच्चा घड़ा चुकी सोचां विच डुब्बी खड़ी सी। विचकार दरिया पूरे सिखर थी सी। असमाना ते कहर दी बिजली लिशक रही सी। की होया घड़िया तू पक्का पक्क्यों कच्चा बन गया? मैं पिछे नहीं परतांगी, अपना कोल पूरा करांगी। मैं मर्द जात पासों ये उलांभा नहीं खट्टांगी, अपनी वफा निभावांगी, चाहे मैनू अपनी जिंद भी क्यों ना बारनी पै जावे। सोनी ने सच्चे रब अगे दोनों हाथ जोड़े ते कच्चे घड़े नाल दरिया विच ठिल पई। रात हनेरी लिशकण तारे कच्चे घड़े ते मैं तरदी, वेखी रब्बा खैर करी तेरी आस तो मूल न डरदी। मूहों जोर पाणियां अगे कच्चिया ने कित्थों ठहरना होया। सोनी अजे खड़ी थोड़ी दूर ही गई सी कि घड़ा खुर गया। वो अपने हाथ पैर मारन लगी। होर कुछ गज बदी कहरां दा पानी बग रहा सी, उहदा साह टुटन लगा। महीवाला महीवाला आ मिल लै महीवाला, ते सोनी दी आवाज़ गुआच गई। पानी दी एक तेज लहर उहनूं अपने नाल बहा के लै गई। बड़े जोर दी बिजली कड़की। बिजली दे लिशकारे विच महीवाल नूं पाणियां नाल कोल करेंदी सोनी विखाई दित्ती। सोनीए दिल ना छड्डी मैं आया। महीवाल ने अपने पूरे सोनीए दिल ना छड्डी मैं आया। महीवाल ने अपने पूरे जोर ना आवाज़ मारी अते दरिया विच छाल मार दित्ती। ਉਹ ਮੁਸ਼ਕਿਲ ਨਾਲ ਚਨਾਹ ਦੇ ਅੱਧ ਵਿਚਕਾਰ ਪੁੱਜਿਆ ਹੀ ਸੀ ਕਿ ਉਹਨੇ ਬਿਜਲੀ ਦੇ ਲਿਸ਼ਕਾਰੇ ਵਿੱਚ ਆਪਣੇ ਤੋਂ ਚੰਦ ਕਦਮਾਂ ਦੀ ਦੂਰੀ 'ਤੇ ਰੁੜੀ ਜਾਂਦੀ ਸੋਹਣੀ ਤੱਕੀ। ਉਹਨੇ ਬੜੇ ਜ਼ੋਰ ਨਾਲ ਹੱਥ ਮਾਰੇ ਅਤੇ ਬੇਸੁਰਤ ਸੋਹਣੀ ਨੂੰ ਫੜ ਲਿਆ ਅਤੇ ਕੰਢੇ ਵੱਲ ਨੂੰ ਵਧਣ ਲੱਗਾ। ਦਰਿਆ ਅੱਜ ਪੂਰਾ ਚੜ੍ਹਿਆ ਹੋਇਆ ਸੀ, ਉਹਦੀ ਕੋਈ ਪੇਸ਼ ਨਹੀਂ ਸੀ ਜਾ ਰਹੀ। ਪੂਰਾ ਅੱਧਾ ਦਰਿਆ ਅਜੇ ਉਸਨੂੰ ਪਾਰ ਕਰਨਾ ਸੀ। ਉਸ ਬੜੀ ਕੋਸ਼ਿਸ਼ ਕੀਤੀ, ਪਰੰਤੂ ਉਹਦਾ ਸਾਹ ਅੱਧ ਵਿਚਕਾਰ ਹੀ ਟੁੱਟ ਗਿਆ। ਪਾਣੀ ਦੀ ਇੱਕ ਕਹਿਰਾਂ ਭਰੀ ਲਹਿਰ ਉਹਨੂੰ ਸੋਹਣੀ ਸਮੇਤ ਬਹਾ ਕੇ ਲੈ ਗਈ। ਮਹੀਵਾਲ ਦੀ ਝੁੱਗੀ ਵਿੱਚ ਟਿਮਟਮਾਉਣ ਦਾ ਦੀਵਾ ਚਰੋਕਣਾ ਬੁੱਝ ਚੁੱਕਾ ਸੀ। ਜਿਸ ਸਿਦਕ ਦਿੱਲੀ ਨਾਲ
दिली नाल सोहनी नूं अपनी प्रीति निभाई अते उस सदका पंजाब दा लोक मानस अज भी उस दे सिदक नूं बार बार प्रणाम करदा है। एक मिनट।